जट हाथ च फे हाथ च पैसे फड़ाए ते गायब हो जाते पता नहीं लगता कि पता नहीं मेनू पता लगा गया कि लगातार भरोसा जहा बन गया हाथ जोड़ के वेदी है ना जायो ओदा लैणा होगा चोर बाजार तो घड़ी घुड़ी लै लियो फोन फोन के चक्कर ना पियो अक्सर ही आप सुनते हैं कि दिल्ली जिहड़ा चोर बाजार है उत्थों चीज़ा बहुत सस्तियां मिलदियां पर जिहड़े इत्थे पंजाब तो खास तौर पर जाते हैं चीज़ा खरीदण कई बार धक्का भी हो जाता है तो आ जिहड़ा भरा सामने बैठा आ ये भरा ना धक्का होया इत्थों कितें सोशल मीडिया तो वीडियो देख के आ भी दिल्ली चोर बाजार च आईफोन सस्ते मिलते हैं तो जो ये इत्थों लैण गए ने की भाणा वापर आ इत्थे सारा पुछते हैं बाई का बाई सत श्रीकाल की हाल चाल ठीक हो की नाम तुहाडा रमन अच्छा रमन जी कहिंदे तुसीं वीडियो देखी सी सोशल मीडिया ते भी ਤੁਸੀਂ ਆਈਫੋਨ ਲੈਣ ਜਾਣਾ ਸੀਗਾ ਚੋਰ ਬਾਜ਼ਾਰ ਤੋਂ ਹਾਂਜੀ ਇਹ ਕੀ ਘਟਨਾ ਕੀ ਹੋਈ ਸੀਗੀ ਪੂਰੀ ਘਟਨਾ ਬਸ ਇੱਦਾਂ ਹੀ ਅਸੀਂ ਇੱਥੇ ਵੀਡੀਓ ਦੇਖੀ ਹਾਂ ਦੋ ਕੀ ਅਸੀਂ ਮੇਰੇ ਨਾਲ ਦਾ ਮੁੰਡਾ ਅਤੇ ਮੈਂ ਆਪਾਂ ਪਲੈਨ ਜਿਹਾ ਬਣਾਇਆ ਬਈ ਕੱਲ੍ਹ ਨੂੰ ਜਾਂਦੇ ਆ ਫਿਰ ਪਲੈਨ ਬਣਾਇਆ ਆਪਾਂ ਫਿਰ ਚੱਲ ਗਏ ਅਸੀਂ ਅੱਛਾ ਇੱਥੋਂ ਗਏ ਪਹਿਲਾਂ ਫਲੋਰ ਫਲੋਰ ਤੋਂ ਚੜ੍ਹਨਾ ਸੀਗਾ ਆਪਾਂ ਲੁਧਿਆਣੇ ਨੂੰ ਆਪਾਂ ਚੜ੍ਹ ਗਏ ਜਲੰਧਰ ਨੂੰ ਪਹਿਲਾਂ ਜਲੰਧਰ ਨੂੰ ਚੱਲ ਗਏ ਉਹ ਫਿਰ ਮੁੜ ਕੇ ਪਤਾ ਲੱਗਾ ਆਇਆ ਤਾਂ ਸਾਡਾ ਜਲੰਧਰ ਪਹੁੰਚ ਗਏ ਉਹ ਨਾਲ ਦੀ ਨੇ ਧੱਕਾ ਕਰਾਤਾ ਮੇਰੇ ਨਹੀਂ ਜਾਣਾ ਦਿੱਲੀ ਸੀਗਾ ਭੁਲੇਖੇ ਨੇ ਜਲੰਧਰ ਵਾਲੀ ਬੱਸ ਚੜ੍ਹ ਕੇ ਭੁਲੇਖੇ ਨੇ ਉਹਨੇ ਕਿਹਾ ਕੰਡਕਟਰ ਨੇ ਕਹਿੰਦਾ ਬਈ ਉੱਥੇ ਲੁਧਿਆਣੇ ਨੂੰ ਚੱਲੀ ਆ ਅਸੀਂ ਦੂਜੀ ਸਾਈਡ ਖੜੇ ਸੀਗੇ ਅੱਛਾ ਫਲੋਰ ਤੁਸੀਂ ਇੱਧਰਲੇ ਪਾਸੇ ਖੜਨਾ ਸੀ ਤੁਸੀਂ ਚੱਲ ਕੇ ਪਰਲੇ ਪਾਸੇ ਚੱਲ ਗਏ ਅੱਛਾ ਫਿਰ ਜਲੰਧਰ ਤੋਂ ਵਾਪਸ ਆਏ ਨਹੀਂ ਜਦੋਂ ਟਿਕਟ ਕੱਟੀ ਤੁਸੀਂ ਦੱਸਿਆ ਹੋਣਾ ਵੀ ਅਸੀਂ ਦਿੱਲੀ ਜਾਣਾ ਉਹਨੇ ਲੁਧਿਆਣੇ ਦੀ ਟਿਕਟ ਕੱਟੀ फिर भी चल हम इन आए इन दूर पहुंच गए फलोर फिर चल पे जाना जलंधर तो लुधियाने लुधियाने दिल्ली जाना माड़ी किस्मत ऐसा होगी जलंधर फलोर तुम जलंधर चले गए फलोर जलंधर चले गए अच्छा फिर जलंधर कंडक्टर नु गया नहीं भाई अभी तो लुधियाने जाना है उतर गए फिर काली सी अगे लेट हो गए अच्छा करके फिर चल गए दोबारा बस चे गए अच्छा पहला घाटा तो पै गया फलोर तो इन्होंने जाना लुधियाने भुलेखे ने चले गए दिल्ली सॉरी जलंधर ये चले गए जलंधर तो बाद फिर जलंधर टिकट कितों की लई फिर लुधियाने लई भाजी अच्छा लुधियाने अच्छा फिर ਫਿਰ ਭਾਜੀ ਲੁਧਿਆਣੇ ਤੋਂ ਬੱਸ ਸਾਢੇ ਇੱਕ ਵਜੇ ਚੱਲਣੀ ਸੀਗੀ ਅਸੀਂ ਫਿਰ ਉੱਥੇ ਟਿਕਟਾਂ ਬੁੱਕ ਕਰਾਈਆਂ ਬੋਲਵੋ ਦੀਆਂ ਉੱਥੇ ਜਦੋਂ ਸੀਗੀ ਨਹੀਂ ਕੋਈ ਵੀ ਬੱਸ ਉੱਦਣ ਫਿਰ ਬੋਲਵੋ ਕਰਵਾਈ ਬੁੱਕ ਫਿਰ ਉੱਥੇ ਬਹਿ ਗਏ ਬੋਲਵੋ ਜੀ ਫਿਰ ਪਹੁੰਚ ਗਏ 8-9 ਵਜੇ ਦਿੱਲੀ ਫਿਰ ਉੱਥੇ ਰਾਤ ਰੁਕੇ ਫਿਰ ਸਵੇਰ ਨੂੰ ਕਹਿੰਦੇ ਪੁੱਛੇ ਉੱਥੇ ਜਿੰਨੇ ਸੀਗੇ ਬੰਦੇ ਬਈ ਭਾਜੀ ਕਿੱਥੇ ਲੱਗਦਾ ਸਾਨੂੰ ਪਤਾ ਨਹੀਂ ਸੀਗਾ ਵੀ ਚੋਰ ਬਾਜ਼ਾਰ ਲੱਗਦਾ ਕਿੱਥੇ ਫਿਰ ਸਾਨੂੰ ਦੱਸੇ ਜਿੱਦਾਂ ਆਟੋ ਵਾਲੇ ਨੇ ਜਾਓ ਫਿਰ ਅਸੀਂ ਸਵੇਰੇ ਹੋਏ ਤੜਕੇ 6 ਵਜੇ ਚੱਲ ਪਏ ਉੱਥੇ ਚੋਰ ਬਾਜ਼ਾਰ ਨੂੰ ਤੇ ਉਦਣ ਉਹ ਲੱਗਦਾ ਸੀਗਾ ਸੰਡੇ ਨੂੰ ਉਦਣ ਸੀਗਾ ਮੇਰੇ ਖਿਆਲ ਨਾਲ ਸੋਮਵਾਰ ਸੀਗਾ ਉਦਣ ਲੱਗਦਾ ਐਤਵਾਰ ਨੂੰ ਹੁੰਦਾ ਚੋਰ ਬਾਜ਼ਾਰ ਤਾਂ ਤੁਸੀਂ ਸੋਮਵਾਰ ਚਲੇ ਗਏ ਹਾਂਜੀ ਸੋਮਵਾਰ ਨੂੰ ਚੱਲ ਗਏ ਸੀਗੇ ਸੋਮਵਾਰ ਸੀਗਾ ਇਹਨਾਂ ਫਿਰ ਕੀ ਕਹਿੰਦੇ ਆਪਣਾ ਸੋਮਵਾਰ ਨੂੰ ਉਹ ਬੰਦ ਸੀਗਾ ਫੋਨਾਂ ਫੋਨਾਂ ਵਾਲੇ ਇੰਨੀ ਭੀੜ ਰਸ਼ ਨਹੀਂ ਸੀਗਾ ਜਿੱਦਾਂ ਹੁੰਦਾ ਰਸ਼ ਆਪਾਂ ਫੋਨਾਂ 'ਚ ਦੇਖਦੇ ਹਾਂ ਉਹਨਾਂ ਰਸ਼ ਨਹੀਂ ਸੀਗਾ ਸੀਗੀਆਂ ਦੁਕਾਨਾਂ ਖੁੱਲੀਆਂ ਬਸ ਘੜੀਆਂ ਮਾੜੀ ਮੋਟੀ ਘੜੀਆਂ ਘੁੜੀਆਂ ਦੀ ਅੱਛਾ ਫਿਰ ਸਾਨੂੰ ਮਿਲਿਆ ਨਹੀਂ ਫੋਨ ਵਾਲਾ ਪਹਿਲਾਂ ਤਾਂ ਅਸੀਂ ਵਾਪਸ ਲੱਗੇ ਹੋਣ ਫਿਰ ਸਾਨੂੰ ਮਿਲਿਆ ਹੈਡਫੋਨ ਵਾਲਾ ਅੱਛਾ ਫਿਰ ਕਹਿੰਦਾ ਭਾਜੀ ਹੈਡਫੋਨ ਲੈ ਲਾ ਮੈਂ ਕਿਹਾ ਯਾਰ ਭਾਜੀ ਹੈਡਫੋਨ ਤਾਂ ਚਾਹੀਦੇ ਨੇ ਜਿਹੜੀ ਚੀਜ਼ ਨਹੀਂ ਆਈ ਸੀਗੀ ਉਹ ਤਾਂ ਮਿਲੀ ਨਹੀਂ ਫਿਰ ਮੈਂ ਕਿਹਾ ਯਾਰ ਫੋਨ ਲੈਣ ਆਏ ਸੀਗੇ ਉਹ ਤਾਂ ਮਿਲਿਆ ਨਹੀਂ ਉਹਨੇ ਕੱਢਿਆ ਜੇਬੋ ਭਾਜੀ ਆਈਫੋਨ 13 ਪ੍ਰੋ ਮੈਕਸ ਦੀ ਕਾਪੀ ਕੱਢੀ ਉਹਨੇ ਅੱਛਾ 13 ਪ੍ਰੋ ਮੈਕਸ ਦੀ ਕਾਪੀ ਚਿੱਟੇ ਰੰਗ ਦੀ ਅੱਛਾ ਉਹ ਫਿਰ ਮੈਂ ਦੇਖਿਆ ਜਿੱਦਾਂ ਦੇਖਣ ਤਾਂ ਉਹਨੇ ਦਿੱਤਾ ਨਹੀਂ ਇੱਦਾਂ ਮੈਂ ਹੱਥ 'ਚ ਇੱਦਾਂ ਫੜਿਆ ਜਦੋਂ ਔਨ ਕੀਤਾ ਉਦੋਂ ਚੱਲਦਾ ਸੀਗਾ ਸਹੀ ਪਰ ਮੈਂ ਖੋਲ੍ਹ ਕੇ ਦੇਖਿਆ ਉਹਦਾ ਕੈਮਰਾ ਕੁਮਰਾ ਚੈੱਕ ਨਹੀਂ ਕੀਤਾ ਜਿੱਦਾਂ ਨਾੜਦਾ ਥੋੜ੍ਹਾ ਜਿਹਾ ਘਬਰਾਉਂਦਾ ਸੀਗਾ ਬਸ ਫਿਰ ਉਹਨੇ ਕਿਹਾ ਵੀ ਪਹਿਲਾਂ ਤਾਂ ਉਹ ਰੇਟ ਬਹੁਤ ਦੱਸਦਾ ਸੀਗਾ ਪਹਿਲਾਂ ਉਹ 30,000 ਰੁਪਈਏ ਦੱਸਦਾ ਸੀਗਾ 30,000 ਰੁਪਈਆ ਆਈਫੋਨ 13 ਪ੍ਰੋ ਮੈਕਸ ਦਾ ਜਿਹੜਾ ਹਾਂ 30,000 ਰੁਪਈਏ ਦੱਸਦਾ ਸੀ ਪਹਿਲਾਂ ਫਿਰ
ਕਿਹਾ ਉਹਨੂੰ ਬਈ ਇੱਦਾਂ ਇੱਦਾਂ ਆਪਾਂ ਦੂਰੋਂ ਆਏ ਹਾਂ, ਪੰਜਾਬ ਤੋਂ ਆਏ ਹਾਂ ਬਈ। ਫਿਰ ਉਹ ਕਹਿੰਦਾ ਬਈ 5 ਮਿੰਟਾਂ ਬਾਅਦ ਕਹਿੰਦਾ ਚੱਲ 20 ਦੇ ਦੇ ਕਹਿੰਦਾ। ਫਿਰ ਮੈਂ 20 ਉਹਨੂੰ ਦਿੱਤਿਆ। ਜਿੱਦਾਂ 20 ਦਿੱਤਾ ਮੁੰਡੇ, ਉਹਨੇ ਡੱਬੇ 'ਚ ਫੋਨ ਪੈਕ ਕਰ ਦਿੱਤਾ, ਡੱਬਾ ਵੀ ਦਿੱਤਾ ਸੀਗਾ ਉਹਨੇ 13 ਪ੍ਰੋਮੈਸ ਦਾ। ਤੇ ਤੁਹਾਨੂੰ ਇਹਨੂੰ ਯਕੀਨ ਹੋ ਗਿਆ ਵੀ ਅਸਲੀ ਆ ਹਨਾ? ਉਹ ਬਾਹਰੋਂ ਭਾਜੀ ਅਸਲੀ ਕੋਈ ਕਹਿ ਨਹੀਂ ਸਕਦਾ, ਨਕਲੀ ਆ। ਅੱਛਾ, ਪੂਰਾ ਅਸਲੀ, ਉਹਦਾ ਲੋਗੋ ਵੀ, ਉਹਦੇ ਕੈਮਰੇ ਵੀ, ਉਹ ਅਗਲੇ ਅਗਲੀ ਲੁੱਕ ਵੀ, ਉਹਦੀ ਸਕਰੀਨ ਵੀ ਪੂਰੀ ਅਸਲੀ। ਅੱਛਾ, ਤੇ ਜਦੋਂ ਉਹਨੇ ਡੱਬੇ 'ਚ ਪੈਕ ਕਰ ਦਿੱਤਾ, ਉਹਨੇ ਦੂਜੇ ਮੁੰਡੇ ਨੂੰ ਫੜਾਇਆ। ਮੈਂ ਮੁੰਡੇ ਨੂੰ ਕਿਹਾ ਵੀ ਚੈੱਕ ਕਰ ਲੈ ਬਈ ਹੈਗਾ ਵੀ ਘੀਰ, ਖਾਲੀ ਡੱਬਾ ਤਾਂ ਨਹੀਂ ਫੜਾ ਤਾ ਅਗਲੇ ਨੇ। ਉਹਨੇ ਕਿਹਾ, ਉਹ ਡਰਿਆ ਸੀਗਾ ਬੰਦਾ ਜਿਹੜਾ ਨਾਲ ਦਾ ਸੀਗਾ, ਉਹਨੇ ਜੱਟ ਬੈਗ 'ਚ ਪਾ ਲਿਆ। ਉਹਨੇ ਮੈਨੂੰ ਉੱਧਰ ਦੇਖਣ ਹੀ ਨਹੀਂ ਦਿੱਤਾ, ਕਿਤੇ ਵੀ ਦੇਖਣ ਦਿੱਤਾ ਦਿੱਲੀ 'ਚ। ਅੱਛਾ, ਜਦੋਂ ਆਪਾਂ ਅੱਧੇ ਰਸਤੇ 'ਚ ਪਹੁੰਚ ਗਏ ਬੱਸ 'ਚ ਬੈਠੇ ਕੇ, ਫਿਰ ਉਹਨੇ ਕਿਹਾ ਬਈ ਦੇਖ ਲੈ। ਫਿਰ ਦੇਖਣਾ ਕੀ ਸੀਗਾ ਭਾਜੀ, ਫਿਰ ਤਾਂ ਉਹ ਸੁਕਨੇ ਟੁੱਟ ਗਏ, ਚੱਲਿਆ ਹੀ ਨਹੀਂ। ਅੱਛਾ, ਨਹੀਂ ਹੋਇਆ ਉੱਥੇ, ਉਹਨੇ ਔਨ ਕਰਕੇ ਦਿਖਾਤਾ ਹਨਾ? ਹਾਂ, ਉੱਥੇ ਔਨ ਹੋਇਆ। ਉਹ ਫਿਰ ਬੱਸ 'ਚ ਜਦੋਂ ਬੈਠੇ ਉਦੋਂ ਔਨ ਹੋਇਆ ਹੀ ਨਹੀਂ, ਅੱਧੇ ਰਾਹ 'ਤੇ ਪਹੁੰਚ ਗਏ ਸੀਗੇ। ਉਹ ਮੈਨੂੰ ਬੱਸ ਸਟੈਂਡ ਵੀ ਦੇਖਣ ਜਾਂਦਾ, ਤਾਂ ਵੀ ਅਸੀਂ ਕਿਸੇ ਨੂੰ ਕਹਿ ਕੇ ਬਈ ਹੋ ਜਾਂਦਾ। ਇਹ ਫਿਰ ਕਸੂਰ ਰਲਦੇ ਦਾ ਹੀ ਆ, ਕਿਤੇ ਨਾਲ ਦਾ ਰਲਦਾ ਨਹੀਂ ਗਿਆ ਸੀਗਾ? ਨਾ ਨਾ, ਕਸੂਰ ਆ, ਮੈਨੂੰ ਬਹੁਤ ਲੋਕਾਂ ਨੇ ਕਿਹਾ ਨਾਲ ਦੇ ਦਾ ਸੀਗਾ ਕਸੂਰ, ਕਹਿੰਦਾ ਨਾਲ ਦਾ ਮਿਲਿਆ ਨਹੀਂ। ਮੈਂ ਕਿਹਾ ਮੇਰੇ ਨਾਲ ਗਿਆ ਸੀ ਨਾਲ ਦਾ ਤਾਂ। ਅੱਛਾ, ਹਾਂ। ਅੱਛਾ, ਇਹ ਵੈਸੇ ਉਹਦਾ ਯੂਟਿਊਬ ਤੋਂ ਦੇਖੀਆਂ ਸੀਗੀਆਂ ਚੋਰ ਬਜਾਰ ਦੀਆਂ ਵੀਡੀਓ? ਤਾਂ ਯੂਟਿਊਬ ਤੋਂ ਦੇਖੀਆਂ ਸੀਗੀਆਂ ਨਾਲ। ਹਾਂ ਹਾਂ, ਫਿਰ ਉੱਥੇ ਜੇ ਜੇ ਮੰਨ ਲਓ ਆਪਾਂ ਚੀਜ਼ ਲੈਣ ਜਾਂਦੇ ਆਪਾਂ ਚਲਾ ਕੇ ਦੇਖਦੇ, ਵੀ ਉੱਥੇ ਕਿਉਂ ਨਹੀਂ ਚਲਾ ਕੇ ਦੇਖਦੇ? ਚਲਾਣ ਦਿੰਦੇ ਨਹੀਂ ਉਹ, ਕਹਿੰਦੇ ਵੀ 6-5-2 ਮਿੰਟਾਂ ਤੇਰੇ ਕੋਲ ਲੈਣੀ ਹੈ ਤਾਂ ਲੈ, ਨਹੀਂ ਤਾਂ ਨਿਕਲ। ਅੱਛਾ, ਇੱਦਾਂ ਕਹਿੰਦੇ ਉਹ? ਉਹ ਬਈ ਜੱਟ ਹੱਥ 'ਚ ਫੜੇ, ਇੱਕ ਹੱਥ 'ਚ ਪੈਸੇ ਫੜਾਏ ਤੇ ਉਹ ਗਾਇਬ ਹੋ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਗਏ। ਉਹਦਾ ਨਹੀਂ ਮੈਨੂੰ ਪਤਾ ਲੱਗਾ ਉਹ ਗਿਆ ਕਿਹੜੀ ਸਾਈਡ। ਅੱਛਾ, ਪੈਸੇ ਗਿਣੇ ਉਹਨੇ ਜਦੋਂ ਤੁਸੀਂ ਫੜਾਏ ਜਾਂ ਨਹੀਂ ਗਿਣੇ? ਪੈਸੇ ਗਿਣੇ ਉਹਨੇ। ਅੱਛਾ, ਪੈਸੇ ਗਿਣੇ, ਜੇਬ ਵੀ ਪਾਏ, ਉਹਨੇ ਫੋਨ ਫੜਾਇਆ ਦੂਜੇ ਮੁੰਡੇ ਨੂੰ, ਉਹ ਚੱਲ ਗਿਆ। ਅੱਛਾ, ਉਹ ਮੁੜ ਕੇ ਸ਼ਕਲ ਨਹੀਂ ਪਤਾ ਵੀ ਕਿੱਧਰ ਨੂੰ ਗਿਆ, ਕਿੱਧਰ ਨੂੰ ਤੁਸੀਂ ਪਤਾ ਨਹੀਂ ਕੀਤਾ? ਹਾਂਜੀ, ਪਤਾ ਕਿੱਥੇ ਕਰਨਾ, ਉਹਨੇ ਮੈਨੂੰ ਦੇਖਣ ਨਹੀਂ ਦਿੱਤਾ। ਅੱਛਾ, ਮੁੰਡੇ ਨੇ ਫੋਨ ਹੀ ਨਹੀਂ ਦੇਖਣ ਦਿੱਤਾ। ਅੱਛਾ, ਹਾਂ। ਫਿਰ ਜਦੋਂ ਉਹ ਚਲਾਇਆ ਨਹੀਂ, ਫਿਰ ਇਹ ਜਿਹੜੇ ਪੈਸੇ ਜੁੜੇ ਸੀਗੇ, ਇਹ ਕੀ ਕੰਮ ਕਰਦੇ ਹੋ ਵੈਸੇ ਤੁਸੀਂ? ਮੈਂ ਹਾਂ, ਮੈਂ ਹੋਟਲ 'ਚ ਲੱਗਾ। ਅੱਛਾ ਅੱਛਾ, ਹੋਟਲ 'ਚ ਬੜੀ ਮਿਹਨਤ ਕੀਤੀ ਹੋਣੀ ਹੈ ਨਾ ਯਾਰ ਬਾਈ? ਮਿਹਨਤ ਤਾਂ ਕੀਤੀ ਸੀਗੀ। ਕਿੰਨਾ ਪੈਸੇ? 20,000 ਹੀ ਦਿੱਤਾ ਸੀ ਉਹਨੂੰ। ਹਾਂਜੀ, ਬੜਾ ਦੁੱਖ ਲੱਗਾ ਹੋਣਾ ਹੈ ਨਾ ਵੀ ਮੇਰਾ ਵੀ ਨੁਕਸਾਨ ਹੋ ਗਿਆ। ਉਹ ਦੁੱਖ ਤਾਂ ਲੱਗਾ, 4-5 ਦਿਨ ਤਾਂ ਲੱਗਾ, ਉਸ ਤੋਂ ਬਾਅਦ ਫਿਰ ਉੱਪਰ ਵਾਲਾ ਦੇਖਦਾ ਮੈਂ ਕਿਹਾ ਕੋਈ ਨਹੀਂ। ਚੱਲ ਇੱਥੇ ਲੇਖਾ ਜੋਖਾ, ਜੇ ਕੋਈ ਨੁਕਸਾਨ ਕਰਦਾ ਕਿਸੇ ਦਾ ਹਨਾ, ਜਾਂ ਕਿਸੇ ਦਾ ਲੋਸ ਹੁੰਦਾ ਹੈ, ਇੱਥੇ ਉਹਨੇ ਕਿਹੜਾ 20,000 ਦਾ ਕੋਠੀ ਲੈ ਲੈਣੀ ਹੈ ਤੇ ਆਪਾਂ ਕਿਹੜਾ 20,000 ਦੇ ਕੇ ਵੀ ਨੰਗੇ ਹੋ ਜਾਣਾ ਹੈ? ਜਿੰਨੇ ਲੋਕ ਤੁਹਾਡੀ ਵੀਡੀਓ ਦੇਖਦੇ ਆ ਨਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਮੰਨ ਲਓ ਜਿਹੜੇ ਮੰਨ ਲਓ ਕਹਿੰਦੇ ਵੀ ਚੋਰ ਬਾਜ਼ਾਰ 'ਚ ਚੀਜ਼ਾਂ ਸਸਤੀਆਂ ਮਿਲਦੀਆਂ ਆ, ਇੱਥੋਂ ਸਪੈਸ਼ਲ ਜਾਂਦੇ ਆ, ਉਹਨਾਂ ਨੂੰ ਇੱਕ ਵਾਰ ਹੱਡ ਬੀਤੀ ਤਾਂ ਤੁਸੀਂ ਦੱਸ ਹੀ ਦਿੱਤੀ ਹੈ, ਸੁਨੇਹਾ ਦੇ ਦਿਓ ਜ਼ਰੂਰ। ਹੱਥ ਜੋੜ ਕੇ ਬੇਨਤੀ ਹੈ ਬਈ ਨਾ ਜਾਇਓ, ਉਹਦਾ ਲੈਣਾ ਹੋਗਾ ਚੋਰ ਬਾਜ਼ਾਰ ਤੋਂ ਤਾਂ ਘੜੀ ਘੁੜੀ ਲੈ ਲਿਓ, ਫੋਨ ਫੋਨ ਦੇ ਚੱਕਰ 'ਚ ਨਾ ਪਿਓ। ਫੋਨ ਫੋਨ ਕਰਕੇ ਨੁਕਸਾਨ ਹੋ ਗਿਆ, ਧੱਕਾ ਹੋ ਜਾਂਦਾ। ਘੜੀ ਘੁੜੀ ਹੋਵੇ 500-600 ਦੀ, ਉਹ ਇੰਨਾ ਫਰਕ ਨਹੀਂ ਪੈਂਦਾ। ਉਹ ਜਦੋਂ ਆਪਾਂ 20-30,000 ਰੁਪਈਆ ਲਾਉਂਦੇ ਫਿਰ ਥੋੜ੍ਹਾ ਹੁੰਦਾ। ਇਹ ਕਿਸੇ ਤੋਂ ਸਲਾਹ ਲਈ ਸੀਗੀ ਤੁਸੀਂ ਵੀ ਮੈਂ ਭਾਈ ਚੋਰ ਬਾਜ਼ਾਰ ਚੱਲਿਆ ਆ, ਉੱਥੇ ਵੀ ਮੈਂ ਜਾ ਕੇ ਫੋਨ ਲੈ ਕੇ ਆਉਣਾ, ਕਿਸੇ ਨਾ ਕਿਸੇ ਸਿਆਣੇ ਬੰਦੇ ਨਾਲ ਨਹੀਂ ਸਲਾਹ ਮਸ਼ਵਰਾ ਕੀਤਾ ਪਹਿਲਾਂ ਤੁਸੀਂ? ਭਾਜੀ ਸਿਆਣੇ ਬੰਦੇ ਨਾਲ ਕਿੱਥੇ ਕੀਤਾ ਨਹੀਂ ਕੀਤਾ, ਫੋਨ 'ਚ ਭਾਜੀ ਫੋਨ 'ਚ ਜਿੱਦਾਂ ਆਪਾਂ ਯੂਟਿਊਬ 'ਚ ਦੇਖਦੇ ਹਾਂ, ਉਹ ਐਡਿਟ ਕਰਕੇ ਦੱਸਦੇ ਸਾਨੂੰ ਯੂਟਿਊਬ ਵਾਲੇ ਵੀ ਇੱਦਾਂ ਇੱਦਾਂ ਇੱਦਾਂ, ਬਈ ਭਾਜੀ ਇਹ ਔਨਲਾਈਨ ਹੈ, ਇਹ ਪੂਰਾ ਵਧੀਆ ਹੈ, ਗੁੱਡ ਕੁਆਲਿਟੀ ਦਾ ਚੋਰ ਬਾਜ਼ਾਰ ਫੋਨ, ਆਪਾਂ ਉਹ ਦੇਖ ਕੇ ਗਏ ਸੀਗੇ। ਹਾਂ, ਉਹ ਸਾਨੂੰ ਪਤਾ ਨਹੀਂ ਸੀਗਾ ਅੱਗੇ ਜਾ ਕੇ ਧੱਕਾ ਹੋ ਜਾਣਾ। ਇਹ ਸ਼ੌਂਕ ਸੀਗਾ ਤੁਹਾਨੂੰ ਆਈਫੋਨ ਦਾ? ਸ਼ੌਂਕ ਸੀਗਾ, ਮੈਂ ਉਹਦੇ ਚੱਕਰ 'ਚ 8+ ਵੇਚਤਾ ਆਪਣਾ। ਅੱਛਾ, 13 ਦੇ ਚੱਕਰ 'ਚ ਆਈਫੋਨ 8 ਵੇਚਤਾ। ਉਹ ਪਤਾ ਕੀ ਸੀ ਗੱਲ, ਗੱਲ ਸੀਗੀ ਵੀ ਚੱਲ ਸਸਤੇ 'ਚ ਮਿਲ ਜਾਣਾ, ਉਹ ਯੂਟਿਊਬ 'ਤੇ ਦੇਖਿਆ ਸੀਗਾ, ਉਹ 5-6 ਦਿਨ ਜੇ ਤਾਂ ਲਗਾਤਾਰ ਦੇਖਿਆ ਨਾ ਮੈਂ ਯੂਟਿਊਬ 'ਚ, ਉਹ ਸਾਡਾ ਭਰੋਸਾ ਜਿਹਾ ਬਣ ਗਿਆ। ਅੱਛਾ, ਹਾਂ, ਵੀ ਮਤਲਬ ਵਾਕਿਆ ਚੀਜ਼ਾਂ ਵਧੀਆ ਮਿਲਦੀਆਂ। ਪਰ ਇੱਥੋਂ ਇਹ ਵੀ ਕਲੀਅਰ ਹੁੰਦਾ ਜੋ ਯੂਟਿਊਬ ਤੇ ਦੇਖਦਾ ਉਹ ਵਾਕਿਆ ਸੱਚ ਨਹੀਂ ਹੁੰਦਾ। ਸੱਚ ਨਹੀਂ ਹੁੰਦਾ ਭਾਜੀ, ਹਨਾ, ਵਾਕਿਆ ਸੱਚ ਨਹੀਂ ਹੁੰਦਾ, ਇੱਥੋਂ ਕਲੀਅਰ ਹੁੰਦਾ ਇਹ। ਹਾਂਜੀ 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 ਹਾਂ। ਪਰ ਫਿਰ ਵੀ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਭਰਾ ਆ, ਕਹਿੰਦੇ ਪੰਜਾਬੀਆਂ ਨੂੰ ਜ਼ਿਆਦਾ ਇੱਥੇ ਜਿਹੜੇ ਪੰਜਾਬ, ਹਿਮਾਚਲ, ਹਰਿਆਣੇ ਦੇ ਜਾਂਦੇ ਆ, ਉਹਨਾਂ ਨੂੰ ਜ਼ਿਆਦਾ ਸ਼ਿਕਾਰ ਬਣਾਇਆ ਜਾਂਦਾ ਜਿਹੜਾ ਆਪਣਾ। ਉਹ ਪਤਾ ਕੀ, ਉਹ ਸੋਚਦੇ ਦੂਰੋਂ ਆ ਬੰਦਾ, ਇਹਨਾਂ ਨੂੰ ਇੱਥੇ ਕੋਈ ਜਾਣਦਾ ਨਹੀਂ ਹੋਣਾ, ਉਹ ਹੁੰਦੇ ਭਈਏ ਲੋਕਲ, ਉਹ ਜਿਹੜੇ ਹੁੰਦੇ ਬੇਸਦੇ ਜਿਹੜੇ, ਉਹ ਫਿਰ ਉਹਨਾਂ ਨੂੰ ਰਸਤਿਆਂ ਦਾ ਪਤਾ ਹੁੰਦਾ, ਉਹ ਨਿਕਲ ਜਾਂਦੇ ਇੱਧਰ ਉੱਧਰ। ਜਿੱਦਾਂ ਹੁਣ ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਨੂੰ ਹੁਣ ਇੱਥੇ ਪਤਾ ਵੀ ਅਸੀਂ ਇੱਧਰ 'ਚ ਜਾਣਾ, ਇੱਧਰ 'ਚ ਸ਼ੋਰਟਕੱਟ ਹੈ, ਇੱਧਰ 'ਚ ਉੱਧਰ ਪਹੁੰਚ ਜਾਣਾ, ਉਹਨਾਂ ਨੂੰ ਇੱਦਾਂ ਪਤਾ ਹੁੰਦਾ। ਅਸੀਂ ਹੁੰਦੇ ਨਵੇਂ ਨਵੇਂ ਗਏ ਹੁੰਦੇ, ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਜਿੱਦਾਂ ਪਹਿਲਾਂ ਤੁਹਾਡੇ ਕੋਲ ਆਇਆ ਹੋਣਾ, ਉਹਨੇ ਤਾਂ ਬਹੁਤ ਟਰੱਸਟ ਦਿਖਾਇਆ, ਅਸਲੀ ਹੈ ਬਹੁਤ। 5 ਮਿੰਟ ਉਹਨੇ ਸਾਡੇ ਨਾਲ ਗੱਲ ਕੀਤੀ, ਵਧੀਆ, ਇੰਨਾ ਵਧੀਆ ਗੱਲ ਕੀਤੀ ਨਾ ਬਈ ਉਹਨੇ, ਬਈ
ਇੰਨਾ ਵਧੀਆ ਜਾ ਕੇ ਜਿੱਦਾਂ ਤੁਸੀਂ ਜਾ ਗਏ ਕੋਈ ਵੀ ਗਿਆ ਜਿੱਦਾਂ ਉਹਨੇ ਇੰਨੇ ਉਹ ਆਪਣੀ ਗੱਲਾਂ 'ਚ ਲੈ ਲੈਂਦੇ ਭਾਜੀ ਜਿੱਦਾਂ ਗੱਲਾਂ 'ਚ ਲੈ ਲੈਂਦੇ ਭੋਲੇ ਭਾਲੇ ਬੰਦੇ ਉਹ ਭੋਲੇ ਭਾਲਾ ਆਪਣੀ ਭੋਲੀ ਜਿਹੀ ਸ਼ਕਲ ਬਣਾ ਕੇ ਹੈਂ ਵਧੀਆ ਗੱਲਾਂ ਕਰਨੀਆਂ ਗੱਲਾਂ 'ਚ ਲੈ ਲੈਂਦੇ ਅੱਛੇ ਗੱਲਾਂ 'ਚ ਲੈ ਲੈਂਦੇ ਗੱਲਾਂ 'ਚ ਲੈ ਅਗਲੇ ਬੰਦੇ ਨੂੰ ਮਹਿਸੂਸ ਵੀ ਨਹੀਂ ਹੁੰਦਾ ਵੀ ਇਹ ਲੱਗ ਗਿਆ ਅਗਲੇ ਬੰਦੇ ਨੂੰ ਮੈਸੇਜ ਮਹਿਸੂਸ ਵੀ ਨਹੀਂ ਹੁੰਦਾ ਵੀ ਇਹ ਸਾਡਾ ਨਕਲੀ ਹੈ ਫੋਨ ਕੀ ਅਸਲੀ ਹੈ ਹਾਂ ਪਰ ਹੁੰਦਾ ਨੁਕਸਾਨ ਹੀ ਹੈ ਨਾ ਪਰ ਬਹੁਤ ਬੰਦੇ ਜਿੱਦਾਂ ਤੁਹਾਡੇ ਨਾਲ ਹੋਇਆ ਕਈ ਬੰਦੇ ਇੱਦਾਂ ਦੇ ਵੀ ਹੁਣ ਜਿਹਨਾਂ ਨਾਲ ਬਹੁਤ ਤਕੜੇ ਨੁਕਸਾਨ ਹੋਏ ਹੋਏ ਹਨ ਜੇਬ ਕਿੱਦਾਂ ਜੇਬ ਕਤਲੇ ਤਾਂ ਭਾਜੀ ਸਾਨੂੰ ਮਿਲੇ ਅੱਛਾ ਜੇਬ ਕਤਲੇ ਨਹੀਂ ਮਿਲੇ ਹਨਾ ਸਾਡੇ ਨਾਲ ਫੋਨ ਵਾਲੇ ਧੱਕਾ ਹੋਇਆ ਨਾਲੇ ਇੱਕ ਰੂਮ ਦਾ ਹੋਇਆ ਹਾਂ ਰੂਮ ਦਾ ਵੀ ਧੱਕਾ ਹੋ ਗਿਆ ਰੂਮ ਦਾ ਧੱਕਾ ਹੋ ਗਿਆ ਉਹ ਕਿੱਦਾਂ ਉਹ ਰੂਮ 2000 ਦਾ ਦਿੱਤਾ ਉਹਨੇ ਹਾਂ ਉਹ ਰੂਮ ਤੇ ਸਾਲੇ ਨੇ ਉਹਨੇ ਦੂਜਾ ਆਪਣੇ ਕੋਲ ਨਹੀਂ ਹੁੰਦੇ ਬੈੱਡ ਰਸੀਆਂ ਵਾਲੇ ਹਾਂ ਉਹ ਲਾਏ ਸੀ ਅੱਛਾ ਮੰਜੇ ਲਾਤੇ ਉਹ ਮੰਜੇ ਲਾਤੇ ਉਹਨਾਂ ਨੇ ਨਾ ਨਾ ਕਮਰਾ ਦੇਖਿਆ ਨੀ ਸੀਗਾ ਕਿਉਂਕਿ ਹੁਣ ਸਾਡੀ ਮਜਬੂਰੀ ਸੀਗੀ ਸਾਨੂੰ ਵੀ ਉੱਥੇ ਮਿਲਦਾ ਨੀ ਪਿਆ ਸੀਗਾ ਅੱਛਾ ਹਾਂ ਉੱਥੇ ਰਹਿਣ ਲਈ ਤੁਹਾਨੂੰ ਮੰਜਿਆਂ ਤੇ ਪੈਣਾ ਪਿਆ ਹੈ ਤੇ ਰੂਮ ਕਿੰਨੇ ਦਾ ਮਿਲਿਆ ਉਹ 2000 ਦਾ 2000 ਦਾ ਕਮਰਾ ਮਿਲਿਆ ਜੀ ਮਿਲਿਆ ਵੀ ਇਹਨਾਂ ਨੂੰ ਬਾਂਸ ਜਿਹੜਾ ਬਾਣ ਵਾਲੇ ਮੰਜੇ ਹੁੰਦਾ ਹੁੰਦੇ ਹਨਾ ਉਹ ਵਾਲਾ ਰੂਮ ਮਿਲਿਆ ਇੱਕ ਤਾਂ ਅਸੀਂ ਨਵੇਂ ਨਵੇਂ ਗਏ ਸੀਗੇ ਸਾਨੂੰ ਇੰਨਾ ਪਤਾ ਨੀ ਸੀਗਾ ਪਰ ਵੀਡੀਓ ਦੋਸਤੋ ਜਿੰਨੇ ਵੀਰ ਭਰਾ ਇਹ ਦੇਖ ਰਹੇ ਨੇ ਜਿਹੜੇ ਦਿੱਲੀ ਜਾਣ ਦੇ ਸ਼ੌਕੀਨ ਹੈਗੇ ਜੇ ਮੰਨ ਲਓ ਕਿਤੇ ਦਿੱਲੀ ਤੱਕ ਨਹੀਂ ਗਏ ਪਹਿਲੀ ਵਾਰ ਉਹਨਾਂ ਨੇ ਜਾਣਾ ਹਨਾ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਆਹ ਵੀਰ ਨੇ ਜਿਹੜਾ ਰਮਨ ਆਇਆ ਇਹਦਾ ਨਾ ਇਹਦੇ ਨਾਲ ਧੱਕਾ ਹੋਇਆ ਨੁਕਸਾਨ ਇੱਦਾਂ ਹੋ ਗਿਆ ਇਹਨੇ ਲੈਣਾ ਸੀਗਾ ਆਈਫੋਨ ਤਾਂ ਆਈਫੋਨ ਲੈਣਾ ਸੀਗਾ ਇਹਨੇ ਯੂਟਿਊਬ 'ਤੇ ਵੀਡੀਓਜ਼ ਦੇਖੀਆਂ ਯੂਟਿਊਬ 'ਤੇ ਵੀਡੀਓਜ਼ ਦੇਖਣ ਤੋਂ ਬਾਅਦ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਚੋਰ ਬਾਜ਼ਾਰ ਜਾਵਾਂ ਚੋਰ ਬਾਜ਼ਾਰ 'ਚ ਸਸਤਾ ਕਿਉਂ ਮਿਲਦਾ ਆ ਤਾਂ ਇਹ ਇੱਥੋਂ ਪਹਿਲਾਂ ਇਹਨੇ ਨਾ ਪਹਿਲਾਂ ਤਾਂ ਸਟਾਰਟਿੰਗ 'ਚ ਇਹਨਾਂ ਨੇ ਇੱਥੋਂ ਧੱਕਾ ਹੋ ਗਿਆ ਇਹਨਾਂ ਨੇ ਫਲੋਰ ਤੋਂ ਬੱਸ ਫੜਨੀ ਸੀਗੀ ਲੁਧਿਆਣੇ ਦੀ ਹਾਂ ਲੁਧਿਆਣੇ ਦੀ ਬੱਸ ਫੜਨੀ ਸੀਗੀ ਇਹ ਭੁਲੇਖੇ ਨਾਲ ਚੜ੍ਹ ਗਏ ਜਲੰਧਰ ਵੱਲੋਂ ਫਿਰ ਜਲੰਧਰ ਤੋਂ ਗਏ ਲੁਧਿਆਣੇ ਫਿਰ ਲੁਧਿਆਣੇ ਤੋਂ ਫੜੀ ਇਹਨਾਂ ਨੇ ਬੱਸ ਦਿੱਲੀ ਦੀ ਵੈਸੇ ਜਲੰਧਰ ਤੋਂ ਵੀ ਦਿੱਲੀ ਦੀ ਸਿੱਧੀ ਮਿਲ ਜਾਂਦੀ ਹੈ ਫਿਰ ਜਲੰਧਰੋਂ ਕਿਉਂ ਨਹੀਂ ਗਏ ਤੁਸੀਂ ਜਲੰਧਰੋਂ ਭਾਜੀ ਜਲੰਧਰ ਲੁਧਿਆਣੇ ਕੰਮ ਵੀ ਸੀਗਾ ਅੱਛਾ ਲੁਧਿਆਣੇ ਕੰਮ ਸੀਗਾ ਹੈ ਨਾ ਲੁਧਿਆਣੇ ਹੋ ਕੇ ਫਿਰ ਦਿੱਲੀ ਗਏ ਨੁਕਸਾਨ ਇੱਦਾਂ ਹੋ ਗਿਆ ਉੱਥੋਂ ਇਹਨਾਂ ਨੂੰ ਚੋਰ ਬਾਜ਼ਾਰ 'ਚ ਪਹੁੰਚੇ ਤਾਂ ਆਪਣੇ ਜਿੱਦਾਂ ਨਾ ਜਜ਼ਬਾਤੀ ਕਰਕੇ ਬਹੁਤ ਇਹਨਾਂ ਨੂੰ ਪਿਆਰ ਦੇ ਨਾਲ ਪੇਸ਼ ਆਇਆ ਉਹ ਜਿਹੜਾ ਚੋਰ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਆਈਫੋਨ ਦਿੱਤਾ ਉੱਥੇ ਚੱਲਦਾ ਸੀਗਾ ਆਈਫੋਨ ਹਾਂਜੀ ਉੱਥੇ ਚੱਲਦਾ ਸੀਗਾ ਅੱਛਾ ਹਾਂਜੀ ਉਹ ਹੁਣ ਇਹਨਾਂ ਨਹੀਂ ਪਤਾ ਵੀ ਉਹਨੇ ਚੇਂਜ ਕਰਤਾ ਸੀਗਾ ਕਿਉਂਕਿ ਜਿਹੜਾ ਜਿਹਨੇ ਜੇਬ 'ਚ ਕੱਢਿਆ ਸੀਗਾ ਉਹ ਉਹੀ ਸੀਗਾ ਮੇਰੇ ਕੋਲ ਜਿਹੜਾ ਪਹੁੰਚਿਆ ਇੱਥੇ ਉਹੀ ਸੀਗਾ ਉਹ ਵਾਈਟ ਕਲਰ ਸੀਗਾ ਉਹਦਾ ਕੈਮਰੇ ਵੀ ਸਹੀ ਸੀਗੇ ਉੱਪਰਲੀ ਸਕਰੀਨ ਵੀ ਸਹੀ ਸੀਗੀ ਉਹਨਾਂ ਉੱਦਾਂ ਮੈਂ ਉੱਥੇ ਧਿਆਨ ਨਾਲ ਦੇਖਿਆ ਨਹੀਂ ਉਹ ਬਾਹਲਾ ਧਿਆਨ ਆ ਜਿੱਦਾਂ ਕੈਮਰੇ ਕੁਮਰੇ ਖੋਲ ਕੇ ਲੱਗ ਜਾਂਦਾ ਕਲੈਰਿਟੀ ਕਲੂਰਿਟੀ ਦਾ ਪਤਾ ਉਹ ਦੇਖਿਆ ਨਹੀਂ ਪਰ ਚੋਰਾਂ ਦੀ ਹੱਥ ਸਫਾਈ ਦੇਖ ਲਓ ਵੀ ਇਹ ਮੁੰਡੇ ਨੂੰ ਉੱਥੇ ਦਿੱਤਾ ਉਹਨੇ ਚੱਲਦਾ ਆਈਫੋਨ ਦਿਖਾਇਆ ਇਹਦੇ ਮੂਹਰੇ ਪ੍ਰੈਜੈਂਟ ਕੀਤਾ ਤਾਂ ਇਹ ਵੀ ਖੁਸ਼ ਹੋ ਗਿਆ ਵੀ ਭਾਈ ਆਈਫੋਨ ਚੱਲਦਾ ਹੈ ਓਰੀਜਨਲ ਆ ਸਾਰੀ ਡਿਸਪਲੇ ਵਗੈਰਾ ਦੇਖੀ ਤਾਂ ਜਦੋਂ ਅੱਧ ਰਸਤੇ 'ਚ ਆ ਕੇ ਦੇਖਿਆ ਤਾਂ ਉਹ ਆਈਫੋਨ ਨਕਲੀ ਨਿਕਲਿਆ ਨਕਲੀ ਨਿਕਲਣ ਦੇ ਨਾਲ ਨਾਲ ਉਹ ਆਈਫੋਨ ਬੰਦ ਵੀ ਸੀਗਾ ਜਾਣੀ ਕਿ ਖਰਾਬ ਸੀਗਾ ਤਾਂ ਇੱਥੇ ਆ ਕੇ ਕਿਸੇ ਤੁਸੀਂ ਜਿਹੜਾ ਮੋਬਾਈਲ ਸ਼ੋਪ ਵਾਲੇ ਨੂੰ ਦਿਖਾਇਆ ਵੀ ਇਹਦੇ ਵਿੱਚ ਕੀ ਪ੍ਰੋਬਲਮ ਹੈ ਚੈੱਕ ਕਰਵਾਇਆ ਉਹਨੂੰ ਹਾਂਜੀ ਉਹਨੇ ਕਿਹਾ ਕਾਪੀ ਹੈ ਭਾਜੀ ਅੱਛਾ ਹਾਂਜੀ ਉਹਦੀ ਡਿਸਪਲੇ ਹਿਲੀ ਸੀਗੀ ਉਹ ਜਿਹੜੇ ਨੈੱਟ ਹੁੰਦੇ ਥੱਲੜੇ ਆਈਫੋਨ ਦੇ ਦੋ ਜਿਹੜੇ ਲੱਗੇ ਹੁੰਦੇ ਉਹ ਉਹਨੇ ਕਿਹਾ ਵੀ ਮੈਂ ਖੋਲ ਕੇ ਦੇਖ ਲੂੰਗਾ ਅੰਦਰ ਕੀ ਹੈ ਪਰ ਉਹ ਫੜੇ ਨਹੀਂ ਉਹ ਫ੍ਰੀ ਸੀਗੇ ਨੈੱਟ ਅੱਛਾ ਹਾਂਜੀ ਹਜੇ ਪਿਆ ਦੁਕਾਨ ਤੇ ਪਿਆ ਉਹਨੇ ਕੋ ਹੈਗਾ ਉਹ ਹਾਂਜੀ ਉਹਦੇ ਵਿੱਚ ਉਹਨੇ ਬੰਦਾ ਉਹ ਪਹਿਲਾਂ ਆਪ ਚਲਾਉਂਦਾ ਸੀਗਾ ਉਹਨੂੰ ਕਾਪੀ ਨੂੰ ਉਹਦੀ ਸਿਮ ਵੀ ਇੱਥੇ ਸੀਗੀ ਫੋਨ 'ਚ ਸੀਗੀ ਉਹ ਫੋਨ ਲੱਗ ਪਏ ਆਉਣ ਉਹਦੀ ਪਤਾ ਨਹੀਂ ਘਰ ਵਾਲੀ ਸੀਗੀ ਫੋਨ ਸੀਗੀ ਸਸਤੀਆਂ ਚੀਜ਼ਾਂ ਮਿਲਦੀਆਂ ਨਾ ਤੁਸੀਂ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹ ਤਾਂ ਸ਼ੇਅਰ ਕਰ ਦਿੱਤਾ ਉਹਨਾਂ ਨੂੰ ਸਲਾਹ ਜ਼ਰੂਰ ਦੇ ਦਿਓ ਲਾਸਟ ਦੇ ਵਿੱਚ ਕੀ ਕਹੋਗੇ ਉਹਨਾਂ ਨੂੰ ਭਾਜੀ ਹੱਥ ਜੋੜ ਕੇ ਬੇਨਤੀ ਹੈ ਬਈ ਬਸ ਜਾਓ ਮਤ ਤੇ ਫੋਨ ਮਹਿੰਗੀ ਚੀਜ਼ਾਂ ਲੈਣ ਮਤ ਜਾਓ ਜਿੱਦਾਂ ਤੁਸੀਂ ਆਈਵੋਚ ਆ ਉਹ ਲੈ ਲਓ ਜਿਹੜੀਆਂ ਸਸਤੀਆਂ ਸਸਤੀਆਂ ਹੈਗੀਆਂ ਉਹ ਲੈ ਲਓ ਉਹ ਥੋੜ੍ਹੀ ਕੁਆਲਿਟੀ ਦੀਆਂ ਹੋ ਜਾਂਦੀਆਂ ਮਹਿੰਗੀਆਂ ਚੀਜ਼ਾਂ ਫਿਰ ਧੱਕਾ ਹੀ ਹੁੰਦਾ ਸਾਡੇ ਸਾਨੂੰ ਚਲੋ ਕੋਈ ਨਾ ਵੀਰੇ ਹੌਸਲਾ ਰੱਖਣਾ ਹੈ ਇੱਥੇ ਪ੍ਰਮਾਤਮਾ ਦੇਖਦਾ ਸਭ ਕੁਝ ਜੇ ਆਪਾਂ ਠੱਗੀ ਮਾਰਦੇ ਹਾਂ ਨਾ ਪ੍ਰਮਾਤਮਾ ਨੇ ਇੱਥੇ ਲੇਖਾ ਜੋਖਾ ਕਰਨਾ ਹੈ ਇੱਥੇ ਹੀ ਹੈਗਾ ਤੁਸੀਂ ਹੌਸਲਾ ਨਹੀਂ ਹਾਰਨਾ ਕੋਈ ਗੱਲ ਨਹੀਂ ਜਿਹੜਾ ਇਹ ਜਿਹੜਾ ਹੈ ਨਾ ਧੱਕੇ ਖਾ ਖਾ ਕੇ ਹੀ ਅਕਲ ਆਉਂਦੀ ਹੈ ਠੀਕ ਹੈ ਨਾ ਹੁਣ ਹੁਣ ਤੁਹਾਨੂੰ ਵੀ ਆਈ ਹੈ ਤੁਸੀਂ ਹਰ ਕਿਸੇ ਨੂੰ ਸਲਾਹ ਦਿੰਦੇ ਹੋਵੋਗੇ ਅੱਛਾ ਯਾਰਾਂ ਮਿੱਤਰਾਂ ਮੈਂ ਉਦਾਂ ਵੀ ਘੁੰਮਣ ਵੀ ਨਹੀਂ ਜਾਂਦਾ ਦਿੱਲੀ ਚੋਰ ਬਾਜ਼ਾਰ ਤਾਂ ਬੜੀ ਦੂਰ ਦੀ ਗੱਲ ਹੈ ਮੈਂ ਉਦਾਂ ਵੀ ਜਾਂਦਾ ਦਿੱਲੀ 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 ਜਾਣਾ ਹੀ ਨਹੀਂ ਜਾਣਾ ਹੀ ਨਹੀਂ ਅੱਛਾ ਜਾਣਾ ਹੀ ਨਹੀਂ ਭਾਜੀ ਇਹ ਦੇਖ ਲਓ ਭਰਾ ਤੋਬਾ ਕਰ ਗਿਆ ਦਿੱਲੀ ਤੋਂ ਚੋਰ ਬਾਜ਼ਾਰ ਇੰਨਾ ਧੱਕਾ ਹੋਇਆ
ਇਹਨਾਂ ਇਹ ਨਾ ਠੱਗਾ ਠੋਰੀ ਹੋ ਗਈ ਇੱਕ ਕਿਸਮ ਦੀ, ਤਾਂ ਹੁਣ ਬਾਈ ਦੀ ਜ਼ਬਾਨ ਤੇ ਦਿੱਲੀ ਦਾ ਸ਼ਬਦ ਵੀ ਨਹੀਂ ਆਉਂਦਾ। ਦਿੱਲੀ ਦਾ ਨਾਂ ਲੈਂਦੇ ਹੋ ਕਦੇ? ਨਹੀਂ ਨਹੀਂ ਨਹੀਂ। ਅੱਛਾ, ਜਦੋਂ ਕੋਈ ਕਹਿੰਦਾ ਮੈਂ ਦਿੱਲੀ ਚੱਲਾਂ ਵੀ ਖਿਆਲ ਕੀ ਹੁੰਦਾ ਮਨ ਦੇ ਵਿੱਚ? ਉਹੀ ਹੁੰਦਾ ਫੋਨ ਦਾ ਹੀ। ਅੱਛਾ, ਹੋਇਆ, ਚਲੋ ਮਾੜਾ ਯਾਰ ਭਾਜੀ, ਨੁਕਸਾਨ ਨਹੀਂ ਹੋਣਾ ਚਾਹੀਦਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਵੀਰੇ ਜਾਣਕਾਰੀ ਦੇਣ ਲਈ। ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖਦੇ ਆ ਨਾ, ਹਰੇਕ ਉਸ ਨੌਜਵਾਨ ਤੱਕ ਪਹੁੰਚਾ ਦਿਓ ਜਿਹੜਾ ਚੋਰ ਬਾਜ਼ਾਰ ਜਾਣ ਦਾ ਸ਼ੌਕੀਨ ਹੈ ਜਾਂ ਵੀਡੀਓ ਦੇਖਦਾ ਰਹਿੰਦਾ ਹੈ ਚੋਰ ਬਾਜ਼ਾਰ ਦੀਆਂ, ਤਾਂ ਆਹ ਵੀਰ ਨਾਲ ਧੱਕਾ ਹੋਇਆ ਹੈ। ਅਤੇ ਇਹ ਵੀਡੀਓ ਦਾ ਮਕਸਦ ਇਹੀ ਹੈ ਕਿ ਹੋਰ ਕਿਸੇ ਦੇ ਨਾਲ ਇਹੋ ਜਿਹੀ ਠੱਗੀ ਨਾ ਹੋਵੇ, ਤਾਂ ਕਰਕੇ ਇਹ ਵੀਡੀਓ ਬਣਾਈ ਹੈ। ਤਾਂ ਰਮਨ ਬਾਈ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ।